ਬੱਚਿਆਂ ਦੇ ਕੱਪੜੇ ਨਾ ਲੱਭਣ ਤੋਂ ਟੈਨਸ਼ਨ ਹੁੰਦੀ ਹੈ ਤੇ ਕੀ ਹਾਲ ਹੈ ਸਿਗਰਟ ਪੀ ਕੇ ਟੈਨਸ਼ਨ ਹੱਲ ਹੋਈ ਹੈ ਦਿਮਾਗ ਸਕੂਨ ਵਿੱਚੋਂ ਸਕੂਨ ਹੋ ਗਿਆ ਸਾਰਾ ਚੀਜ਼ਾਂ ਦਾ ਟੈਨਸ਼ਨ ਹੈ ਪਰੇਸ਼ਾਨੀਆਂ ਦਾ ਹੱਲ ਹੀ ਸਿਗਰਟ ਹੈ ਤੂੰ ਕਿਉਂ ਛੋੜ ਦਿੱਤਾ ਪਾਗਲ ਤੇਰੇ ਮਹਿੰਗੇ ਬੜੇ ਹੋ ਗਏ ਹੁਣ ਇਹ ਵੀ ਲੈਣੇ ਵਾਸਤੇ ਪੈਸੇ ਜੇਬੇ ਚ ਹੋਣੇ ਚਾਹੀਦੇ ਉਹ ਵੀ ਹੋ ਗਏ ਬਿੱਲ ਹੈ 5000 ਸਿਗਰਟ ਹੈ 15 ਰੁਪਏ ਦਾ ਬਿੱਲ ਜਮਾ ਕਰਾ ਲੈ ਤਾਂ ਸਿਗਰਟ ਲੈ ਕੇ ਪੀ ਲੈ ਸਕਦਾ ਲੇਕਿਨ ਸ਼ਬਾਸ ਭਾਈ ਮੈਂ ਇਹ ਗੱਲ ਸੁਣੀ ਹੈ ਕਿ ਦਿਲ ਦਾ ਸਕੂਨ ਦਿਮਾਗ ਦਾ ਸਕੂਨ ਰੂਹ ਦਾ ਚੈਨ ਅੱਲਾ ਦੀ ਇਬਾਦਤ ਵਿੱਚ ਹੈ ਸਕੂਨ ਅੱਲਾ ਦੀ ਇਬਾਦਤ ਵਿੱਚ ਹੈ ਨਾ ਕਿ ਇਹਨਾਂ ਨਸ਼ਾ ਵਾਲੀ ਚੀਜ਼ਾਂ ਦੇ ਵਿੱਚ ਜੇ ਤੁਸੀਂ ਪੈਸੇ ਵੀ ਬਰਬਾਦ ਕਰਦੇ ਹੋ ਆਪਣੀ ਜਾਨ ਦਾ ਵੀ ਨੁਕਸਾਨ ਕਰਦੇ ਹੋ ਠੀਕ ਹੈ ਔਰ ਜਿੱਥੇ ਬਹਿ ਕੇ ਪੀ ਰਹੇ ਹੁੰਦੇ ਉੱਥੇ ਬਾਕੀ ਬੰਦਿਆਂ ਨੂੰ ਇਸ ਚੀਜ਼ ਦਾ ਤੁਸੀਂ ਮੁਤਾਸਰ ਕਰ ਦੋ ਇਸ ਵਾਸਤੇ ਇਹ ਨਾਕਸ ਸਹਾਰਾ ਲੈਣਾ ਛੋੜ ਦਿਓ ਨਮਾਜ਼ ਪੜ੍ਹੋ ਵਜ਼ੂ ਕਰੋ ਅੱਲਾ ਦੀ ਜ਼ਾਤ ਪਾਕ ਤੋਂ ਅੱਗੇ ਸਜਦਾ ਰਹੇ ਦੋ ਉਹ ਤੁਹਾਡੀ ਹਰ ਮੁਸ਼ਕਲ ਦਾ ਹੱਲ ਅੱਲਾ ਪਾਕ ਕੋਲ ਹੈਲੋ ਅਮਰ ਭਾਈ ਕਿਉਂ ਨਾ ਸਿਗਰਟ ਤੇ ਪੀਓ ਨਾ ਤਾਂ ਹਾਂ ਜੀ ਨਾ ਅੱਜ ਮੈਂ ਤੇ ਸੁਣਿਆ ਜੋ ਕੱਲ ਕਰਦਾ ਹੈ ਸੋ ਅੱਜ ਕਰ ਜੋ ਅੱਜ ਕਰਨਾ ਹੈ ਸੋ ਅਭੀ ਇਹ ਪੀ ਕੇ ਫਿਰ ਤੁਸੀਂ ਆਪਣਾ ਨੁਕਸਾਨ ਹੀ ਕਰਨਾ ਗੱਲ ਆ ਮੈਂ ਜੇ ਤਨਖਾਹ ਛੋੜ ਦਿੱਤੇ ਨਾ ਪਰੇਸ਼ਾਨੀ ਮੁਸੀਬਤ ਦਾ ਹੱਲ ਨਹੀਂ ਹੈ ਬਲਕਿ ਉਸਨੂੰ ਹੋਰ ਵਧਾਉਂਦਾ ਤੁਹਾਨੂੰ ਅੱਲਾਹ ਦੇ ਉੱਪਰ ਲੈ ਕੇ ਦੇ ਕੋਈ ਐਸਾ ਜਵਾਬ ਦੇ ਨੂੰ ਬਿਲਕੁਲ ਖੂਨ ਅੱਲਾ ਦੀ ਬਾਦਤ ਵਿੱਚ ਹੀ ਆ ਬਿਲਕੁਲ ਮੇਰਾ ਦਿਮਾਗ ਖੋਲ ਦਿੱਤਾ ਇਨਸ਼ਾਅੱਲਾ ਅੱਲਾ ਕੋਲ ਮੰਗਣਾ ਹੈ ਅੱਲਾ ਹੀ ਦੇਣਾ ਬਹੁਤ ਸ਼ੁਕਰੀਆ ਦੇਣਾ ਵੀ ਨਹੀਂ ਚਾਹੀਦਾ